ਸੋ ਸਭ ਤੋਂ ਪਹਿਲੇ ਜੀ ਸਾਈਟ ਤੇ ਅੱਜ ਕੱਲ ਮੋਦੀ ਜੀ ਦੀ ਫੋਟੋ ਵੀ ਆਉਣ ਲੱਗ ਗਈ ਆ ਪਹਿਲੇ ਨਹੀਂ ਸੀ ਆਂਦੀ ਸੋ ਇਹਨੂੰ ਬੰਦ ਕਰ ਦੋ ਫੋਟੋ ਨੂੰ ਤੇ ਅਪਲਾਈ ਆਨਲਾਈਨ ਜੇ ਆਪਾਂ ਅਪਲਾਈ ਕਰਦੇ ਆ ਤਾਂ ਇੱਥੋਂ ਅਪਲਾਈ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਫਾਰਮ ਸਾਡੇ ਕੋਲ ਇੱਕ ਆ ਜਾਂਦਾ ਹੈ ਉਹ ਫਾਰਮ ਤੋਂ ਅਸੀਂ ETA ਫਾਰਮ ਡਾਊਨਲੋਡ ਕਿੱਦਾਂ ਕਰਨਾ ਇਹ ਦੇਖ ਸਕਦੇ ਹਾਂ ਰਜਿਸਟ੍ਰੇਸ਼ਨ ਸਟੇਟਸ ETA ਡਾਊਨਲੋਡ ਇਹਦੇ ਤੇ ਕਲਿੱਕ ਕਰਾਂਗੇ ਔਰ ਇਹ ਨਵਾਂ ਪੌਪ-ਅਪ ਖੁੱਲ ਕੇ ਆਂਦਾ ਇਹ ਦੇਖੋ ਇੱਥੇ ਆਣਾ ਰਜਿਸਟ੍ਰੇਸ਼ਨ ਨੰਬਰ ਸੋ ਰਜਿਸਟ੍ਰੇਸ਼ਨ ਨੰਬਰ ਤੁਸੀਂ ਕਿੱਥੋਂ ਪਾਣਾ ਉਹ ਤੁਹਾਨੂੰ ਦੱਸਦਾ ਇਹ ਦੇਖ ਸਕਦੇ ਜੀ ਜਿਹੜਾ ਇਹ ਤੁਹਾਡੇ ਕੋਲ ਆਏਗਾ ਇਹਦੇ ਉੱਪਰ ਜਿਹੜਾ ਤੁਹਾਨੂੰ ਦਿਖ ਰਿਹਾ ਇਹਨੂੰ ਕਾਪੀ ਕਰਨਾ ਹੈ ਔਰ ਇੱਥੇ ਕਰ ਦੇਣਾ ਹੈ ਆਪਾਂ ਇਹਨੂੰ ਪੇਸਟ ਇਹ ਹੈਗਾ ਸਾਡਾ ਪਾਸਪੋਰਟ ਨੰਬਰ ਸੋ ਪਾਸਪੋਰਟ ਨੰਬਰ ਪਾਸਪੋਰਟ ਤੋਂ ਵੀ ਪਾ ਸਕਦੇ ਆ ਤੁਸੀਂ ਆਪਣੇ ਰਜਿਸਟ੍ਰੇਸ਼ਨ ਫਾਰਮ ਤੋਂ ਵੀ ਕਾਪੀ ਕਰ ਸਕਦੇ ਆ ਸੋ ਇੱਥੇ ਪਾ ਕੇ ਜੀ ਪਾਸਪੋਰਟ ਨੰਬਰ ਤੇ ਇਹ ਜੋ ਕੈਪਚਾ ਇੱਥੇ ਪਾਣਾ ਹੈ h o ਵੱਡਾ x ਵੱਡਾ r t h ਵੱਡਾ ਸੋ ਜੀ ਇੱਕ ਚਾਹ ਲਿਖਨ ਤੋਂ ਬਾਅਦ ਸਬਮਿਟ ਕਰ ਦਾਂਗੇ ਸਬਮਿਟ ਕਰਨ ਤੋਂ ਬਾਅਦ ਇਹ ਦੇਖ ਸਕਦੇ ਤੁਸੀਂ ਪਲੀਜ਼ ਕਲਿਕ ਹੇਅਰ ਟੂ ਡਾਊਨਲੋਡ ਈਟੀਏ ਫਾਰਮ ਸੋ ਇਹਦੇ ਤੇ ਕਲਿਕ ਕਰਾਂਗੇ ਕਲਿਕ ਕਰਦੇ ਹੀ ਥੱਲੇ ਦੇਖ ਸਕਦੇ ਨੇ ਡਾਊਨਲੋਡ ਹੋ ਚੁੱਕਾ ਹੈ ਸੋ ਇਹਨੂੰ ਕਲਿਕ ਕਰਾਂਗੇ ਸਾਡਾ ETA ਇਲੈਕਟ੍ਰੋਨਿਕ ट्रैवल ऑथराइजेशन ਮਤਲਬ ETA ਦਾ ਫੁੱਲ ਨੇਮ ਹੈ ਸੋ ਇਹ ਸਾਡਾ ਆ ਚੁੱਕਾ ਹੈ ਸੋ ਇਸੇ ਤਰ੍ਹਾਂ ਤੁਸੀਂ ਬੜੀ ਆਸਾਨੀ ਦੇ ਨਾਲ ਆਪਣਾ ETA ਫਾਰਮ ਡਾਊਨਲੋਡ ਕਰ ਸਕਦੇ ਆਂ ਔਰ ਦੋਸਤੋ ਬਹੁਤ ਲੋਕਾਂ ਦੇ ਮੈਸੇਜ ਆਉਂਦੇ ਸੀ ਸੰਗਤਾਂ ਦੇ ਕਿ ਸਾਡਾ ETA ਫਾਰਮ ਨਹੀਂ ਆਇਆ ਅਜੇ ਤੱਕ ਸੋ ਇਹ ਜਿਹੜਾ ਫਾਰਮ ਹੈ ਤੁਹਾਨੂੰ ਸਿਰਫ ਇੱਕ ਦਿਨ ਪਹਿਲੇ ਹੀ ਮਿਲ ਰਿਹਾ ਕਿਉਂਕਿ ਬਹੁਤ ਜ਼ਿਆਦਾ ਰਸ਼ ਚੱਲ ਰਿਹਾ ਹੈ ਬੁਕਿੰਗ ਟੜਾ ਟੜ ਫੁੱਲ ਹੁੰਦੀ ਜਾ ਰਹੀ ਹੈ ਸੋ ਪੁਲਿਸ ਇਨਕੁਆਰੀ ਵੀ ਸਾਡੀ ਤਾਂ ਨਹੀਂ ਹੋਈ ਅੱਜ ਕੱਲ ਪੁਲਿਸ ਇਨਕੁਆਰੀ ਵੀ ਸ਼ਾਇਦ ਹਰ ਕਿਸੇ ਦੀ ਨਹੀਂ ਹੁੰਦੀ ਜਾਂ ਸਾਡੀ ਪਰ ਨਹੀਂ ਹੋਈ ਹੈ ਪਿਛਲੀ ਵਾਰ ਗਏ ਸੀ ਤਾਂ ਪੁਲਿਸ ਇਨਕੁਆਰੀ ਹੋਈ ਸੀ ਪਰ ਇਸ ਵਾਰ ਕੋਈ ਪੁਲਿਸ ਇਨਕੁਆਰੀ ਸਾਡੀ ਨਹੀਂ ਹੋਈ ਹੈ ਸਿੱਧਾ ਹੀ ਸਾਡਾ ਇੱਕ ਦਿਨ ਪਹਿਲੇ ਸ਼ਾਮ ਨੂੰ 7 ਵਜੇ ਜਿੱਦਾਂ ਹੀ ਮੈਂ ਚੈੱਕ ਕੀਤਾ ਸਾਡਾ ਇਹ ਈਟੀਏ ਫੋਰਮ ਜੋ ਹੈ ਇੱਥੇ ਲਿੰਕ ਆ ਚੁੱਕਾ ਸੀ ਸੋ ਦੇਖੋ ਇੱਥੇ ਇਲੈਕਟ੍ਰੋਨਿਕ ਟਰੈਵਲ authorization eta form download successfully so successfully download ho chuka hai so jo bhi download karke babaji de darbar te ja rahe hain saryan nu good wishes te sade vallon bhi babaji de darbar te matha tekna karna ji so saryan nu sat sri kal ji